ਰਾਣੋ ਹਾਂ ਵੀਰੇ ਤੂੰ ਇੱਥੇ ਹਾਂ ਵੀਰੇ ਮੈਂ ਘਰ ਨੂੰ ਜਾ ਰਹੀ ਸੀ ਅੱਜ ਮੈਨੂੰ ਛੇਤੀ ਛੁੱਟੀ ਹੋ ਗਈ ਠੀਕ ਹੈ ਭੈਣੇ ਦੱਸ ਤੂੰ ਖੜ ਬਾਈ ਇੱਥੇ ਮੈਂ ਭੈਣ ਨੂੰ ਘਰੇ ਛੱਡਿਆ ਹਾਂ ਠੀਕ ਹੈ ਬਾਈ ਛੱਡੇ ਆ ਗਿਆ ਮੈਂ 5 ਮਿੰਟ ਜਾ ਭੈਣੇ ਤੂੰ ਕਰ ਰਾਮ ਮੈਂ ਜਸ ਨੂੰ ਲੈ ਆਵਾਂ ਕੀਰਤ ਹਾਂ ਬਾਈ ਜਿਹੜੀ ਕੁੜੀ ਆਪਾਂ ਨੂੰ ਰਾਹ ਚ ਮਿਲੀ ਸੀਗੀ ਹਾਂ ਉਹ ਤੇਰੀ ਰਿਸ਼ਤੇਦਾਰ ਹੈ ਨਾ ਨਾ ਬਾਈ ਉਹ ਤਾਂ ਮੇਰੀ ਸਕੀ ਭੈਣ ਆ ਕੀਰਤ ਪਹਿਲਾਂ ਤਾਂ ਮੈਂ ਤੇਰੇ ਕਦੇ ਦੇਖੀ ਨਹੀਂ ਯਾਰ ਕਦੇ ਮੈਂ ਤਾਂ ਕਿੰਨੀ ਵਾਰੀ ਆ ਗਿਆ ਉਹ ਤਾਂ ਬਾਈ ਭੂਆ ਕੋਲ ਰਹਿੰਦੀ ਹੈ ਤਾਂ ਕਰਕੇ ਨਹੀਂ ਤੂੰ ਦੇਖੀ ਮੇਰੇ ਫੁੱਫੜ ਨੂੰ ਮਰੇ ਨੂੰ 10-12 ਸਾਲ ਹੋ ਗਏ ਉਹਦੇ ਕੋਲ ਕੋਈ ਹੈ ਨਹੀਂ ਸੀਗਾ ਮੈਂ ਮੇਰੀ ਭੂਆ ਨੂੰ ਕਹਿ ਸੀ ਵੀ ਸਾਡੇ ਕੋਲ ਆ ਜਾ ਉਹ ਮੰਨੀ ਨਹੀਂ ਹੈਗੀ ਤਾਂ ਕਰਕੇ ਫਿਰ ਰਾਣੋ ਉੱਥੇ ਰਹਿਣ ਲੱਗ ਗਈ ਅੱਛਾ ਪਰ ਹੁਣ ਇੱਥੇ ਕਿਵੇਂ ਭੂਆ ਉਹ ਨਾ ਨਾ ਬਾਈ ਭੂਆ ਤਾਂ ਠੀਕ ਹੈ ਭੂਆ ਬਾਹਰ ਚਲੀ ਗਈ ਮੁੰਡੇ ਨੂੰ ਮਿਲਣ ਤਾਂ ਕਰਕੇ ਰਾਣੋ ਨੂੰ ਫਿਰ ਮੈਂ ਇੱਥੇ ਲੈ ਆਇਆ ਠੀਕ ਹੈ ਵੈਸੇ ਰਾਣੋ ਕਰਦੀ ਕੀ ਹੈ ਹੁਣ ਉਹ ਤਾਂ ਬਾਈ ਆਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕਰ ਰਹੀ ਹੈ ਬਸ ਆਹ 2 ਸਾਲ ਰਹਿ ਗਏ ਉਦੋਂ ਬਾਅਦ ਕਹਿੰਦੀ ਵੀਰੇ ਮੈਂ ਬਾਹਰ ਜਾਣਾ ਹੈ ਉਹਨੂੰ ਬਾਹਰ ਜਾਣ ਦਾ ਸ਼ੌਂਕ ਹੈ ਉਸ ਤੋਂ ਬਾਅਦ ਆਪਣੀ ਆਈਲੈਟਸ ਕਰੂਗੀ ਕੀਰਤ ਇਹ ਸ਼ੌਂਕ ਤਾਂ ਅੱਜ ਕੱਲ੍ਹ ਸਾਰਿਆਂ ਨੂੰ ਹੀ ਹੋ ਰਿਹਾ ਗੱਲ ਤਾਂ ਤੇਰੀ ਜਮਾਂ ਸਹੀ ਹੈ ਬਾਈ ਆਹ ਹੁਣ ਮੇਰੇ ਅੱਲੀ ਦੇਖ ਲੈ ਭੈਣ ਵੀ ਬਾਹਰ ਵਗ ਜੂਗੀ ਉਸ ਤੋਂ ਬਾਅਦ ਮੈਂ ਇਕੱਲਾ ਰਹਿ ਗਿਆ ਮੈਂ ਵੀ ਕੋਈ ਦੇਖਦਾ ਬਾਹਰ ਵਾਲੀ ਕੁੜੀ ਭੈਣ ਕੋਲ ਬਾਹਰੀ ਵਗ ਜੂੰਗਾ ਨਾਲੇ ਭੈਣ ਨੂੰ ਸਾਰਾ ਹੋ ਜੂ ਇਹ ਤਾਂ ਗੱਲ ਤੇਰੀ ਠੀਕ ਹੈ ਬਾਈ ਮੈਨੂੰ ਨਹੀਂ ਹੈਗਾ ਸ਼ੌਂਕ ਬਾਹਰ ਬੂਹਰ ਜਾਣ ਦਾ ਪਰ ਮੇਰੇ ਘਰ ਦੇ ਦੇਖ ਲਾ ਮੇਰੇ ਲਈ ਬਾਹਰਲੀ ਕੁੜੀ ਲੱਭਦੇ ਫਿਰਦੇ ਨੇ ਮੈਂ ਵੀ ਦੇਖਦਾ ਗਾ ਵਿਆਹ ਤੋਂ ਕਿੰਨਾ ਚਿਰ ਬਚ ਸਕਦਾ ਉਹ ਪਰ ਮੈਨੂੰ ਐਂ ਲੱਗਦਾ ਹੈ ਵੀ ਜਿਵੇਂ ਤੇਰੇ ਘਰ ਦੇ ਤੇਰੇ ਮਗਰ ਹੱਥ ਧੋ ਕੇ ਪਏ ਨੇ ਤੇਰਾ ਸਿਆਲ ਸੁੱਕਾ ਨਹੀਂ ਲੱਗਦਾ ਐਤਕੀ ਸਾਲ ਤੇਰਾ ਵਿਆਹ ਹੋਇਆ ਲੈ ਹੋਇਆ ਹੋ ਯਾਰ ਮੈਨੂੰ ਵੀ ਆਹੀ ਲੱਗਦਾ ਉਹ ਚੱਲ ਚੰਗਾ ਬਾਈ ਜੱਸ ਮੈਨੂੰ ਕਾਫੀ ਟਾਈਮ ਹੋ ਗਿਆ ਇਹਨੂੰ ਘਰੇ ਭੈਣ ਉਡੀਕਦੀ ਹੋਣੀ ਚੱਲ ਠੀਕ ਹੈ ਚੰਗਾ ਚੰਗਾ ਬਾਈ ਓਕੇ ਤੁਸੀਂ ਕੀਰਤ ਦੇ ਭੈਣ ਹੋ ਹਾਂਜੀ ਮੈਂ ਕੱਲ ਕੀਰਤ ਦੇ ਨਾਲ ਹੀ ਸੀਗਾ ਜਦੋਂ ਤੁਹਾਨੂੰ ਘਰੇ ਛੱਡਣ ਗਿਆ ਸੀਗਾ ਹਾਂਜੀ ਹਾਂਜੀ ਮੈਂ ਤੁਹਾਨੂੰ ਦੇਖਿਆ ਸੀ ਵੀਰੇ ਨਾਲ ਚਲੋ ਜੀ ਮੈਂ ਛੱਡ ਦਿੰਦਾ ਤੁਹਾਨੂੰ ਘਰ ਨਹੀਂ ਜੀ ਮੈਂ ਆਪੇ ਚਲ ਜਾਵਾਂਗੀ ਜੀ ਮੈਂ ਤੁਹਾਡੇ ਵੀਰ ਦਾ ਪੱਕਾ ਦੋਸਤ ਹਾਂ ਮੇਰੇ ਤੇ ਯਕੀਨ ਕਰੋ ਮੈਂ ਕੁਝ ਵੀ ਗਲਤ ਨਹੀਂ ਕਰਦਾ ਠੀਕ ਹੈ ਜੀ ਆ ਜਾਓ ਜੀ ਬੈਠੋ ਇਹ ਦੱਸੋ ਤੁਸੀਂ ਕਿਹੜੇ ਕਾਲਜ ਵਿੱਚ ਪੜ੍ਹਦੇ ਹੋ ਮੈਂ ਮੋਦੀ ਕਾਲਜ ਵਿੱਚ ਪੜ੍ਹਦੀ ਹਾਂ ਅੱਛਾ ਜੀ ਹਾਂਜੀ ਤੇ ਫਿਰ ਤੁਸੀਂ ਹਰ ਰੋਜ਼ ਇੱਧਰ ਦੀ ਜਾਂਦੇ ਹੁੰਦੇ ਹੋ ਹਾਂਜੀ ਰੋਜ਼ ਮੇਰਾ ਆਹੀ ਟਾਈਮ ਹੁੰਦਾ ਇੱਧਰ ਦੀ ਜਾਣ ਦਾ ਅੱਛਾ ਜੀ ਹਾਂਜੀ ਮੈਂ ਵੀ ਹਰ ਰੋਜ਼ ਇੱਧਰ ਦੀ ਜਾਣਾ ਹੁੰਦਾ ਅੱਛਾ ਜੀ ਹਾਂਜੀ ਜੀ ਇੱਕ ਮਿੰਟ ਗੱਲ ਸੁਣਿਓ ਹਾਂਜੀ ਜੀ ਆ ਮੇਰਾ ਨੰਬਰ ਹੈ ਜੇ ਕਿਸੇ ਲੋੜ ਪਈ ਤਾਂ ਮੈਨੂੰ ਫੋਨ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਓਕੇ ਰਾਣੋ ਆ ਵੀ ਗਈ ਤੂੰ ਅੱਜ ਇੰਨੀ ਜਲਦੀ ਹਾਂਜੀ ਵੀਰੇ ਛੇਤੀ ਆ ਗਈ ਮੈਂ ਅੱਜ ਨਾ ਮੈਨੂੰ ਤੁਹਾਡਾ ਦੋਸਤ ਮਿਲਿਆ ਦੋਸਤ ਕੌਣ ਜਿਹੜਾ ਤੁਹਾਡੇ ਨਾਲ ਕੱਲ ਸੀ ਜੱਸ ਹਾਂਜੀ ਵੀਰੇ ਉਹ ਤੈਨੂੰ ਕਿੱਥੇ ਮਿਲ ਗਿਆ ਵੀਰੇ ਉਹ ਮੈਨੂੰ ਰਸਤੇ 'ਚ ਮਿਲ ਗਿਆ ਸੀ ਅਤੇ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਘਰੇ ਛੱਡਿਆ ਨਾ ਮੈਂ ਉਹਨੂੰ ਕਿੰਨੀ ਵਾਰ ਮਨਾ ਕੀਤਾ ਵੀ ਮੈਂ ਆਪੇ ਚੱਲ ਜੂੰਗੀ ਪਰ ਉਹ ਕਹਿੰਦਾ ਮੈਂ ਛੱਡਿਆ ਨਾ ਚੱਲ ਕੋਈ ਨਾ ਉਹ ਤਾਂ ਮੇਰਾ ਪੱਕਾ ਦੋਸਤ ਹੈ ਘਰ ਵਾਲਾ ਕੰਮ ਆਪਣਾ ਉਹਦੇ ਨਾਲ ਜੇ ਅੱਗੇ ਤੋਂ ਵੀ ਤੈਨੂੰ ਮਿਲੇ ਆ ਵਗ ਜਾ ਕਰੀ ਉਹਦੇ ਨਾਲ ਠੀਕ ਹੈ ਵੀਰੇ ਹਾਂ ਤੂੰ ਐਂ ਕਰ ਰਾਣੋ ਚਾਹ ਬਣਾ ਲੈ ਨਾਲੇ ਆਰਾਮ ਕਰ ਲੈ ਠੀਕ ਹੈ ਵੀਰੇ ਮੈਂ ਬਣਾਉਂਦਾ
ਕੀਰਤ ਉਹ ਕੀਰਤ ਕਿੱਥੇ ਮਰ ਗਿਆ ਕੀਰਤ ਹਾਂ ਜੱਸ ਉਹ ਕਿਉਂ ਪਤੰਦਰਾ ਸਾਂ ਚੜਾਇਆ ਸਾਂ ਤਾਂ ਲੈ ਲੈ ਪਹਿਲਾਂ ਬਾਈ ਮੈਂ ਰਾਣਾ ਨੂੰ ਦੇਖ ਕੇ ਆਏਗਾ ਉਹ ਕਿਸੇ ਮੁੰਡੇ ਨਾਲ ਖੜੀ ਗੱਲਾਂ ਕਰੀ ਜਾਂਦੀ ਸੀ ਉਹ ਕੀ ਕਹਿ ਰਹੇ ਜੱਸ ਤੂੰ ਬਾਈ ਮੈਂ ਸੱਚ ਕਹਿ ਰਿਹਾ ਮੈਂ ਆਪਣੀ ਅੱਖੀ ਦੇਖ ਕੇ ਆਇਆ ਉਹ ਨਹੀਂ ਬਾਈ ਮੈਨੂੰ ਪੂਰਾ ਯਕੀਨ ਆ ਮੇਰੀ ਭੈਣ ਤੇ ਉਹ ਐਵੇਂ ਨਹੀਂ ਕਰ ਸਕਦੀ ਯਕੀਨ ਤਾਂ ਬਾਈ ਮੈਨੂੰ ਵੀ ਸੀ ਪਰ ਮੈਂ ਆਪਣੇ ਅੱਖੀ ਦੇਖਿਆ ਅੱਖੀ ਦੇਖਿਆ ਤੇ ਕੰਨੀ ਸੁਣਿਆ ਕਦੇ ਝੂਠ ਨਹੀਂ ਹੁੰਦਾ ਚੱਲ ਕੋਈ ਨਾ ਉਹਨੂੰ ਆ ਜਾਣ ਦੇ ਕਾਲਜ ਤੋਂ ਮੈਂ ਕਰਦਾ ਰਾਣੋ ਨਾਲ ਗੱਲ ਜਬਰਦਸਤੀ ਕੀਤੀ ਤੇ ਧੱਕੇ ਨਾਲ ਮੈਨੂੰ ਮੋਟਰਸਾਈਕਲ ਤੇ ਜਾਣ ਲਈ ਕਿਹਾ ਜਦੋਂ ਮੈਂ ਇਹਨੂੰ ਮਨਾ ਕੀਤਾ ਤੇ ਇਹਨੇ ਮੇਰੇ ਨਾਲ ਜਬਰਦਸਤੀ ਕੀਤੀ ਨਾਲੇ ਮੇਰਾ ਹੱਥ ਫੜ ਲਿਆ ਜਦੋਂ ਮੈਂ ਹੱਥ ਛੁੜਾਇਆ ਤੇ ਇਹਨੇ ਥੱਪੜ ਮਾਰਿਆ ਤੇ ਇਹ ਬਦਲਾ ਲੈਣ ਲਈ ਤਾਂ ਇਹ ਕੁਛ ਕਹਿ ਰਿਹਾ ਸਾਲੇ ਤੈਨੂੰ ਸ਼ਰਮ ਤਾਂ ਨਹੀਂ ਆਈ ਮੇਰੀ ਭੈਣ ਤੇ ਅੱਖ ਰੱਖਦੇ ਹੋਏ ਭਾਈ ਤੈਨੂੰ ਮੈਂ ਮੇਰਾ ਭਰਾ ਸਮਝਿਆ ਸੀਗਾ ਤੇਰੇ ਨਾਲ ਮੈਂ ਸਾਰੇ ਦੁੱਖ ਸੁੱਖ ਸਾਂਝੇ ਕਰਦੇ ਸੀਗੇ ਉਹ ਮੈਨੂੰ ਸ਼ਰਮ ਆਉਂਦੀ ਹੈ ਤੇਰੇ ਵਰਗਾ ਯਾਰ ਬਣਾਉਣ ਤੇ ਤੇਰੇ ਨਾਲ ਤਾਂ ਕੋਈ ਦੁਸ਼ਮਣ ਚੰਗਾ ਸੀਗਾ ਗੱਲ ਸੁਣ ਲੈ ਮੇਰੀ ਇਹਨੂੰ ਸ਼ਰਾਬਤ ਨਾ ਸਮਝੀ ਚੁੱਪ ਕਰਕੇ ਮੇਰੇ ਘਰੋਂ ਨਿਕਲ ਜਾ ਜੇ ਅੱਗੇ ਤੋਂ ਮੇਰੀ ਭੈਣ ਦੇ ਨੇੜੇ ਤੇੜੇ ਵੀ ਦੇਖੇ ਨਾ ਜਾਨੋਂ ਮਾਰ ਦੂੰ ਭੈਣੇ ਮੈਨੂੰ ਮਾਫ ਕਰ ਦੀ ਮੈਨੂੰ ਆਹ ਉਮੀਦ ਨਹੀਂ ਸੀ ਉਸ ਤੋਂ ਵੀ ਜਿਸ ਨੂੰ ਤੂੰ ਆਪਦਾ ਭਰਾ ਮੰਨਦੀ ਹੈ ਕਿ ਉਹ ਮੈਨੂੰ ਧੋਖਾ ਦਊਗਾ ਚੱਲ ਚੰਗਾ ਭੈਣੇ ਤੂੰ ਪੜ ਲੈ ਕਿਤੇ ਜੱਸ ਦੀਆਂ ਕਈਆਂ ਗੱਲਾਂ ਸੱਚ ਨਾ ਹੋ ਜਾਣ ਕਿਤੇ ਮੇਰੀ ਭੈਣ ਹੀ ਮੈਨੂੰ ਧੋਖਾ ਨਾ ਦੇ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਪਰ ਮੈਨੂੰ ਇੱਕ ਵਾਰ ਪੜਤਾਲ ਜ਼ਰੂਰ ਕਰਨੀ ਪਊਗੀ ਅਤੇ ਇਹ ਕੰਮ ਜੱਸ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ ਉਸਦੀ ਬਹੁਤ ਚੰਗੀ ਜਾਣ ਪਛਾਣ ਹੈ ਆਲੇ ਦੁਆਲੇ ਦੇ ਪਿੰਡਾਂ 'ਚ ਉਹ ਬਾਈ ਯਾਰ ਜੱਸ ਮੈਨੂੰ ਮਾਫ਼ ਕਰੀ ਯਾਰ ਮੈਨੂੰ ਐਵੇਂ ਤੈਨੂੰ ਘਰੋਂ ਨਹੀਂ ਕੱਢਣਾ ਚਾਹੀਦਾ ਸੀ ਉਹ ਨਹੀਂ ਨਹੀਂ ਬਾਈ ਤੂੰ ਮਾਫ਼ੀ ਨਾ ਮੰਗ ਮੈਨੂੰ ਤੇਰੇ ਨਾਲ ਕੋਈ ਸ਼ਿਕਵਾ ਨਹੀਂ ਹੈਗਾ ਜੇ ਤੇਰੀ ਜਗ੍ਹਾ 'ਤੇ ਮੈਂ ਹੁੰਦਾ ਨਾ ਤਾਂ ਮੈਂ ਵੀ ਇਹੀ ਕਰਦਾ ਧੰਨਵਾਦ ਬਾਈ ਯੱਸ ਤੂੰ ਮੇਰਾ ਬਹੁਤ ਵੱਡਾ ਬੋਝ ਹਲਕਾ ਕਰ ਦਿੱਤਾ ਉਹ ਕੋਈ ਨਾ ਯਾਰ ਕੁਛ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਤਾਂ ਯਾਰਾਂ ਦੋਸਤਾਂ 'ਚ ਚੱਲਦੀ ਰਹਿੰਦੀਆਂ ਨੇ ਯੱਸ ਮੈਂ ਵੀ ਉਸ ਮੁੰਡੇ ਨੂੰ ਕਈ ਵਾਰ ਦੇਖਿਆ ਰਾਣੋ ਕੋਲ ਖੜਿਆਂ ਨੂੰ ਪਰ ਬਾਈ ਮੈਨੂੰ ਉਹ ਗਲਤ ਨਹੀਂ ਲੱਗਦੇ ਕਿ ਉਹਨਾਂ ਦੀ ਗੱਲਬਾਤ ਹੋ ਸਕਦੀ ਹੈ ਕੋਈ ਨਾ ਬਾਈ ਤੂੰ ਫਿਕਰ ਨਾ ਕਰ ਮੈਂ ਤੈਨੂੰ ਕੱਲ੍ਹ ਤੱਕ ਪੱਕਾ ਸਬੂਤ ਲਿਆ ਕੇ ਦੇਊਂਗਾ ਠੀਕ ਹੈ ਬਾਈ ਚੱਲ ਚੰਗਾ ਯੱਸ ਮੈਂ ਚੱਲਦਾ ਯਾਰ ਮੈਂ ਵੀ ਥੋੜ੍ਹਾ ਜਿਹਾ ਦੁਕਾਨਦਾਰ ਦਾ ਹਿਸਾਬ ਕਿਤਾਬ ਕਰਕੇ ਆਉਣਾ ਚੱਲ ਠੀਕ ਹੈ ਚੰਗਾ ਠੀਕ ਬਾਈ ਜਿਹੜਾ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਨਾ ਆਹ ਦੇਖ ਮੈਂ ਸਬੂਤ ਲੈ ਕੇ ਆਇਆਂਗਾ ਤੇਰੀ ਭੈਣ ਅਤੇ ਉਹ ਮੁੰਡੇ ਦਾ ਆਹ ਦੇਖ ਬਾਈ ਫੋਟੋ
ਬਈ ਯਾਰ ਜੱਸਾ ਕੀ ਕਮੀ ਰਹਿ ਗਈ ਸੀ ਮੇਰੇ ਸੰਸਕਾਰਾਂ 'ਚ ਜਿਹੜਾ ਮੇਰੀ ਭੈਣ ਨੇ ਇੱਕ ਮਿੰਟ ਨਹੀਂ ਲਾਇਆ ਮੇਰਾ ਯਕੀਨ ਤੋੜਨ ਲੱਗੇ। ਉਹ ਕੋਈ ਨਾ ਕੀਰਤਾ, ਤੂੰ ਹੌਸਲਾ ਰੱਖ, ਮੈਂ ਤੇਰੇ ਨਾਲ ਹਾਂ। ਨਾਲੇ ਆਪਾਂ ਉਹਨੂੰ ਸਾਲੇ ਨੂੰ ਐਵੇਂ ਨਹੀਂ ਛੱਡਣਾ ਹੈਗਾ। ਉਹਨੇ ਤੇਰੀ ਭੈਣ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਤੂੰ ਉਹਨੂੰ ਐਵੇਂ ਛੱਡ ਦੇਂਗਾ? ਨਹੀਂ ਨਹੀਂ ਜੱਸ, ਉਹਨੂੰ ਐਵੇਂ ਨਹੀਂ ਛੱਡਦਾ, ਉਹਨੂੰ ਇੱਕ ਵਾਰੀ ਜਾ ਕੇ ਸਮਝਾਊਂਗਾ ਜ਼ਰੂਰ। ਬਾਈ ਕੀਰਤ, ਮੈਨੂੰ ਤਾਂ ਐਵੇਂ ਲੱਗਦਾ ਉਹਨੂੰ ਮਾਰ ਕੀ ਪੈਂਦਾ ਛੁੱਟੂ, ਐਂ ਉਹਨੇ ਤੇਰੀ ਭੈਣ ਦਾ ਪਿੱਛਾ ਨਹੀਂ ਛੱਡਣਾ। ਉਹ ਨਾ ਨਾ ਬਾਈ ਜੱਸ, ਆਪਾਂ ਨੂੰ ਕਿਸੇ ਨੂੰ ਕੋਈ ਹੱਕ ਨਹੀਂ ਮਾਰਨ ਦਾ। ਉਹ ਪਰ ਬਾਈ ਮੇਰੀ ਗੱਲ ਤਾਂ ਸੁਣ। ਨਾ ਨਾ, ਚੱਲ ਮੈਂ ਚੱਲਦਾ ਬਾਈ, ਮੈਨੂੰ ਥੋੜ੍ਹਾ ਜਿਹਾ ਕੰਮ ਹੈ, ਕੱਲ੍ਹ ਮਿਲਦਾ ਮੈਂ ਤੈਨੂੰ, ਨਾਲੇ ਮੈਂ ਉਸ ਮੁੰਡੇ ਨੂੰ ਸਮਝਾ ਕੇ ਆਊਂ ਕੱਲ੍ਹ ਜਾ ਕੇ। ਉਹ ਬਾਈ ਹੁਣ ਕੀ ਹੋਇਆ ਬਾਈ ਜੱਸ, ਕੋਈ ਜ਼ਰੂਰੀ ਗੱਲ ਕਰਨੀ ਸੀ ਜਿਹੜਾ ਇੱਕੋ ਦਮ ਫੋਨ ਕਰਕੇ ਬੁਲਾ ਲਿਆ? ਹਾਂ ਬਾਈ ਕੀਰਤ, ਤੂੰ ਆਹ ਵੀਡੀਓ ਦੇਖ, ਰਾਣੋ ਦੀ ਉਹ ਮੁੰਡੇ ਨਾਲ ਦੇਖ ਲਿਆ ਬਾਈ? ਬਾਈ ਗੱਲ ਸੁਣ, ਉਹ ਮੁੰਡਾ ਆਪਦੀਆਂ ਹੱਦਾਂ ਟੱਪ ਚੁੱਕਿਆ। ਹੁਣ ਤੂੰ ਇੱਕ ਗੱਲ ਸੁਣ, ਜੇ ਆਹ ਵੀਡੀਓ ਵਾਇਰਲ ਹੋਊਗੀ ਤਾਂ ਆਪਣੀ ਰਾਣੋ ਨਾਲ ਵਿਆਹ ਕੌਣ ਕਰਾਊਗਾ? ਬਾਈ ਇਹ ਤਾਂ ਤੂੰ ਹੀ ਨਰਮ ਹੈ, ਜੇ ਮੈਂ ਹੁੰਦਾ ਨਾ ਮੈਂ ਤਾਂ ਮੇਰੇ ਸਾਲੇ ਨੂੰ ਉੱਥੇ ਫੜ ਦਿੰਦਾ। ਪਰ ਮੈਂ ਕੀ ਕਰਦਾ ਬਾਈ, ਸਰਪੰਚ ਆ ਰਿਹਾ ਸੀਗਾ ਉੱਧਰੋਂ, ਮੈਂ ਤਾਂ ਬੋਝ ਬਚਾ ਕੇ ਨਿਕਲਿਆ ਆ। ਹੁਣ ਤੂੰ ਦੇਖ ਲਾ ਬਾਈ ਕੀ ਕਰਨਾ ਹੈਗਾ। ਤੂੰ ਫਿਕਰ ਨਾ ਕਰ ਬਾਈ, ਮੈਂ ਚੱਲਦਾ। ਉਹ ਗੱਲ ਸੁਣ, ਤੈਨੂੰ ਪਤਾ ਵੀ ਉਹ ਕਿੱਥੇ ਹੋਣਗੇ? ਨਾ ਕਿੱਥੇ ਨੇ, ਪਾਰਕ 'ਚ ਨੇ ਉਹ। ਕੋਈ ਨਾ ਮੈਂ ਦੇਖਦਾ। ਕਰਨ ਜੀ, ਮੈਂ ਤੁਹਾਨੂੰ ਕੁਛ ਦਿਖਾਉਣਾ ਸੀ। ਹਾਂਜੀ ਦੱਸੋ। ਆਹ ਨੰਬਰ ਦੇਖਿਓ ਜੀ, ਇਹ ਤਾਂ ਜੱਸ ਦਾ ਨੰਬਰ ਹੈ ਜਿਹੜਾ ਤੁਹਾਡੇ ਭਰਾ ਨਾਲ ਰਹਿੰਦਾ। ਅੱਛਾ, ਹਾਂਜੀ। ਇੰਨਾ ਵੱਡਾ ਧੋਖਾ ਕੀਤਾ ਉਹਨੇ ਮੇਰੇ ਭਰਾ ਨਾਲ, ਮੈਂ ਉਹਨੂੰ ਛੱਡਾਂਗੀ ਨਹੀਂ। ਹਾਂਜੀ, ਪਰ ਆਪਾਂ ਨੂੰ ਇਹ ਗੱਲ ਪਹਿਲਾਂ ਤੁਹਾਡੇ ਭਰਾ ਨੂੰ ਦੱਸਣੀ ਚਾਹੀਦੀ ਹੈ। ਹਾਂਜੀ, ਤੁਹਾਡੀ ਗੱਲ ਸਹੀ ਹੈ, ਆਪਾਂ ਨਾ ਵੀਰੇ ਨੂੰ ਦੱਸਦੇ ਹਾਂ, ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦਾ ਦੋਸਤ ਕਿਹੋ ਜਿਹਾ। ਨਾ ਸਾਲਾ ਸਮਝਦਾ ਕੀ ਹੈ ਤੂੰ ਆਪਦੇ ਆਪ ਨੂੰ, ਮੇਰੀ ਭੈਣ ਨੂੰ ਚੱਕਰਾਂ 'ਚ ਪਾ ਰੱਖਿਆ। ਨਹੀਂ ਨਹੀਂ ਵੀਰੇ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਅਸੀਂ ਤੁਹਾਨੂੰ ਅੱਜ ਸਾਰਾ ਕੁਝ ਦੱਸਣ ਲੱਗੇ ਸੀ। ਓਏ ਸੱਚ ਉਦੋਂ ਦੱਸਦਾ ਜਦੋਂ ਮੇਰੇ ਘਰ ਦੀ ਨੂੰ ਪੁੱਛਣਾ। ਵੀਰੇ ਛੱਡ ਦੇ ਇਹਨੂੰ, ਵੀਰੇ ਆ ਕੀ ਕਰਦਾ ਤੂੰ, ਆ ਕੀ ਕਰਦਾ ਵੀਰੇ ਤੂੰ। ਉਹ ਕੀਰਤ, ਆ ਕੀ ਕੀਤਾ ਤੂੰ, ਮਾਰ ਤੈਨੂੰ ਵਿਚਾਰੇ ਨੂੰ ਤੈ। ਓ ਹਾਂ ਜੱਸ, ਫਿਰ ਮੈਂ ਹੋਰ ਕੀ ਕਰਦਾ। ਵੀਰੇ ਮੈਨੂੰ ਮਾਫ ਕਰ ਦੋ, ਇਹ ਮੈਨੂੰ ਧਮਕੀ ਦੇ ਰਿਹਾ ਸੀ, ਜੇ ਮੈਂ ਇਹਦੀ ਗੱਲ ਨਾ ਮੰਨੀ ਨਾ ਇਹ ਤੁਹਾਨੂੰ ਖੇਤ ਜਾਂਦੇ ਨੇ ਮਰਵਾ ਦਿੰਦਾ, ਤੇ ਜੱਸ ਤੇ ਇਲਜ਼ਾਮ ਲਾਉਣ ਨੂੰ ਵੀ ਇਹਨੇ ਕਿਹਾ ਸੀ। ਕੋਈ ਨਾ ਰਾਣੋ, ਮੈਨੂੰ ਪਹਿਲੀ ਪਤਾ ਸੀਗਾ ਕਿ ਕੀਰਤ ਦੀ ਭੈਣ ਕੋਈ ਗਲਤ ਕਦਮ ਨੂੰ ਚੱਕ ਸਕਦੀ ਹੈਗੀ। ਕੀਰਤ ਤੂੰ ਐਂ ਕਰ, ਹੁਣ ਇਹਨੂੰ ਚੱਕ ਕੇ ਇੱਥੋਂ ਤੇ ਨਹਿਰ 'ਚ ਡੇਕ ਆ। ਚੰਗਾ ਜੱਸ, ਤੁਸੀਂ ਰੁਕੋ ਫਿਰ, ਮੈਂ ਇਹਦੀ ਲਾਸ਼ ਨੂੰ ਟਿਕਾਣੇ ਲਾ ਕੇ ਆਉਣਾ। ਸਾਡੇ ਪਿਆਰ ਦੀ ਕਹਾਣੀ ਬਹੁਤ ਪਹਿਲਾਂ ਦੀ ਹੈ, ਜਦੋਂ ਇਹ ਇਸੇ ਪਿੰਡ ਦੇ ਵਿੱਚ ਰਹਿੰਦੀ ਸੀ, ਅਸੀਂ ਇੱਕੋ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀਗੇ, ਇੱਕ ਦੂਜੇ ਨਾਲ ਬਹੁਤ ਪਿਆਰ ਕਰਦੇ ਸੀ, ਹੈ ਨਾ। ਅਤੇ ਸਾਨੂੰ ਐਵੇਂ ਸੀਗਾ ਕਿ ਇਹਦਾ ਭਰਾ ਨਹੀਂ ਮੰਨਣਾ, ਤਾਂ ਕਰਕੇ ਅਸੀਂ ਇਹ ਪਲੈਨ ਬਣਾਇਆ। ਅਤੇ ਜਦੋਂ ਇਸਦੇ ਭਰਾ ਨੇ ਮੈਨੂੰ ਕੱਢਿਆ ਸੀਗਾ ਘਰੋਂ ਬਾਹਰ, ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆ ਕੀ ਹੋਇਆ।
हैलो हैलो जसू किवें हो वधिया राणू तुसी दसो हाँ जी आपां अज तां मिले सी जदों आपणा प्लैन नंबर ए बणिया सी हाँ राणू ये तां चंगी गल है कि अपना प्लैन ए सक्सैसफुल हो गया हाँ जी दस फिर मन गए मेरी एक्टिंग हाँ जी मन गए तो हूँ ए दस भी तेनों अगे पता है की कहना है तो की करना है हाँ जी सब पता है मैनू याद रखी सारिया गल्लां जो जो मैं तेनों समझाइया ने जे तू एक भी गलती करती ना तो अपने किते किराए ते पानी फिर जूगा नहीं तुसी फिकर ना करो चल ठीक है अपना ध्यान रखी हाँ जी तुसी भी ओके उस तो बाद जो कीत नूं शक होया तां हेलो जस कीर्त थोड़े घर वाले ही आ रहे थोनू पता ना की करना है हाँ हाँ तू टेंशन ना ले मैनू पता है की करना ओनू एक बारी आ जान दे फिर देखी मैं शीशे च किवें उतार दा ठीक है ओके बाय जदों कीर्त नू पक्का यकीन नहीं होया ते दस दे जान तो बाद हेलो राणो हाँ जी जस मेरी गल ध्यान ना सुना हाँ जी बोलो कीर्त हुण मेरे घरे आया सीगा ते ओनू छोटे ते मामूली जिहा शक है यकीन नहीं हैगा आपां नूं ओनू यकीन दिवाउणा पऊगा फिर ही आपां अपने मकसद विच कामयाब हो सकदे आ ओह तां ठीक है पर हुण की करना है ओही दसण लग्गिआ सुण तां सही जदों तूं कल नूं करन कोले जाएंगी तां ओनू इक नंबर दिखाई वी आह मुंडा मैनूं तंग करदा ते थोड़ा जिहा इमोशनल हो जाए जो तू इमोशनल होगी तो वह तेन चुप कराऊगा तेरे मोढ़े ते हाथ रखूगा तो मैं तेरी ओरी फोटो खिंच के कीर्त नूं दिखा दूंगा वाह जी वाह क्या प्लैन है धन्यवाद जी इन्नी तारीफ कर ली चंगा जी ओके जी तो फिर उस तो बाद कीर्त नूं मैं फोटो भी दिखाइया करन दे नाल राणो दियां पर वह फिर भी मार ली नहीं मनिया तो फिर मैं इस नूं फोन किया साले ने मेरी एक भी गल नहीं सुनी हैगी ਆਪਦੀਆਂ ਸੁਣਾ ਕੇ ਵਗ ਗਿਆ ਕੋਈ ਨਾ ਮੈਂ ਵੀ ਹਾਰ ਮੰਨਣ ਵਾਲਾ ਨਹੀਂ ਹੈਗਾ ਹੈਲੋ ਜਸ ਹਾਂ ਰਾਣੋ ਹੁਣੀ ਪਾਰਕ ਵਿੱਚ ਆ ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ ਕੀ ਹੋਇਆ ਠੀਕ ਤਾਂ ਹੈ ਸਭ ਕੁਛ ਜੋ ਹੋਇਆ ਮੈਂ ਤੈਨੂੰ ਉਹੀ ਦੱਸਣ ਵਾਸਤੇ ਬੁਲਾ ਰਿਹਾ ਤੂੰ ਛੇਤੀ ਆ ਜਾ ਚੱਲ ਠੀਕ ਹੈ ਠੀਕ ਹੈ ਨਾਲੇ ਐਂ ਕਰੀ ਪੂਰੀ ਸਾਵਧਾਨੀ ਨਾਲ ਆਈ ਹਾਂਜੀ ਹਾਂਜੀ ਚੱਲ ਚੰਗਾ ਫਿਰ ਕੀ ਹੋਇਆ ਦੱਸ ਤੂੰ ਮੈਨੂੰ ਇੰਨੀ ਛੇਤੀ ਬੁਲਾ ਲਿਆ ਕੀ ਗੱਲ ਹੋ ਗਈ ਰਾਣੋ ਤੂੰ ਸਾਹ ਤਾਂ ਲੈ ਲਾ ਮੈਂ ਤੈਨੂੰ ਸਾਰੀ ਗੱਲ ਦੱਸਦਾ ਹਾਂਜੀ ਦੱਸੋ ਨਾਲੇ ਕੀਰਤ ਕੀ ਕਹਿੰਦਾ ਫੋਟੋਆਂ ਦੇਖ ਕੇ ਜੇ ਤੂੰ ਮੈਨੂੰ ਬੋਲਣ ਦਾ ਮੌਕਾ ਦੇਂਗੀ ਮੈਂ ਫੇਰ ਹੀ ਬੋਲੂੰਗਾ ਤੂੰ ਤਾਂ CID ਵਾਲਾ ਵਾਂਗੂ ਸਵਾਲ ਜਵਾਬ ਕਰਨ ਲੱਗ ਗਿਆ ਕਿ ਚੰਗਾ ਹੁਣ ਨਹੀਂ ਬੋਲਦੀ ਗੱਲ ਤਾਂ ਦੱਸ ਦਿਓ ਕੀਰਤ ਕਰਨ ਨੂੰ ਮਾਰਨੀ ਨਹੀਂ ਮੰਨਿਆ ਕੀ ਹਾਂ ਹੁਣ ਫਿਰ ਕੀ ਹੁਣ ਵੱਜਦਾ ਪਲਾਨ ਨੰਬਰ B ਮਤਲਬ ਇਹ ਕਿ ਕੱਲ੍ਹ ਜਦੋਂ ਕਰਨ ਤੈਨੂੰ ਨੰਬਰ ਦੀ ਡਿਟੇਲ ਦੇਣ ਆਊਗਾ ਨਾ ਹਾਂਜੀ ਜਸ ਤੁਸੀਂ ਫਿਕਰ ਨਾ ਕਰੋ ਇਹ ਸਭ ਮੈਂ ਕਰ ਲਵਾਂਗੀ ਆਪਣੇ ਸੁਤੇਲੇ ਭਰਾ 'ਤੇ ਛੁਟਕਾਰਾ ਪਾਉਣ ਲਈ ਅਤੇ ਇਹਨੇ ਦੋਨਾਂ ਨੂੰ ਸ਼ੱਕ ਵੀ ਨਹੀਂ ਹੋਊਗਾ ਕਿ ਮੈਂ ਐਕਟਿੰਗ ਕਰਦੀ ਸੀ ਚੰਗਾ ਰਾਣੋ ਹੁਣ ਮੈਂ ਚੱਲਦਾ ਆਪਣਾ ਜ਼ਿਆਦਾ ਟਾਈਮ ਇੱਥੇ ਦੋਨਾਂ ਦਾ ਬੈਠਣਾ ਚੰਗੀ ਗੱਲ ਨਹੀਂ ਹੈਗੀ ਕੋਈ ਦੇਖ ਲੂਗਾ ਠੀਕ ਹੈ ਜੀ ਤੁਸੀਂ ਇੱਧਰ ਵਾਲੇ ਰਸਤੇ 'ਚ ਜਾਇਓ ਮੈਂ ਆਹ ਵਾਲੇ ਰਸਤੇ 'ਚ ਚੱਲੂੰਗੀ ਚੱਲ ਠੀਕ ਹੈ ਆਪਾਂ ਫੋਨ 'ਤੇ ਗੱਲ ਕਰਦੇ ਠੀਕ ਹੈ ਇਹ ਸਭ ਗੱਲਾਂ ਤੋਂ ਬਾਅਦ ਮੈਂ ਉਹਨੂੰ ਵੀਡੀਓ ਦਿਖਾਈ ਅਤੇ ਉਸ ਤੋਂ ਬਾਅਦ ਉਹ ਕਰਨ ਨੂੰ ਮਾਰਨ ਲਈ ਰਾਜ਼ੀ ਹੋ ਗਿਆ ਤਾਂ ਮੈਂ ਰਾਣਾ ਨੂੰ ਫੋਨ ਕੀਤਾ ਹੁਣ ਆਊਗਾ ਸਵਾਦ
हैलो राणो, कीरत सोडे वाल ही आ रहा है, तेनू पता ना ता की करना है। हाँ जी ठीक है, ओके। ये सब कुछ असीं दोनों ने मिल के किया, किसी नूं खबर भी नहीं हुई। पर एक गल मैनूं समझ नहीं आई, जैसे तुसीं करन नूं क्यों मरवाया, की दुश्मनी सी तुहाडी उहदे नाल? मेरी एक भैण सी, वह मैनूं जानू प्यारी सी, मैं उहदी खुशी लई कुछ भी कर सकदा सी, ते उह इस करन नूं प्यार करदी सी, ते उसने इस नूं धोखा दित्ता किसी होर कुड़ी दे पिछे लग के। उहने उहदियां बहुत मिहनतां करियां पर इहने एक ना सुनी, ते फिर मेरी भैण ने फाहा लै लिया, ते मैं उस दिन ते सोचिया कि मैं तो बदला लैणा है। चल जस, हौसला रख, मैं तेरे नाल। सत श्रीकाल जी, थोनों ये वीडियो किदा दी लगी, लाइक कमेंट शेयर करके जरूर दस्यो, ते अपने चैनल नूं कर लो सबसक्राइब, जस फिल्म चैनल सबसक्राइब कर लो, ते जे किसी फीमेल मॉडल ने काम करना होवे तां थले दित्ते गए नंबर ते कंटैक्ट करो, ते अपना इंस्टा ते फेसबुक पेज भी हैगा, उत्थे जाके आपां नूं फॉलो करो। सत श्रीकाल जी।